ਅੱਜ ਤੁਹਾਨੂੰ ਪੰਜਾਬ ਦਾ ਇੱਕ ਪਿੰਡ ਦਿਖਾਉਣੇ ਆ ਜਿੱਥੇ ਦੇ ਲੋਕਾਂ ਨੇ ਆਪਣੀ ਜੇਬ ਦੇ ਵਿੱਚੋਂ ਪੈਸਾ ਖਰਚ ਕਰਕੇ ਪਿੰਡ ਦੀ ਨੁਹਾਰ ਬਦਲੀ ਹੋਈ ਹੈ। ਇਹ ਸਮਸ਼ਾਨ ਘਾਟ ਦੇ ਵਿੱਚ ਸੰਸਕਾਰ ਕਰਨ ਦੇ ਲਈ LPG ਪੱਟੀ ਦਾ ਪ੍ਰਬੰਧ ਕੀਤਾ ਹੋਇਆ ਹੈ। CCTV ਕੈਮਰੇ ਲਗਾਏ ਹੋਏ ਨੇ ਮੋਰਚੀ ਦਾ ਪ੍ਰਬੰਧ ਕੀਤਾ ਹੋਇਆ। ਇੱਥੋਂ ਤੱਕ ਕਿ 24 ਘੰਟੇ ਸਮਸ਼ਾਨ ਘਾਟ ਦੇ ਵਿੱਚ ਗੁਰਬਾਣੀ ਚਲਦੀ ਹੈ। ਕਾਡਲੈਸ ਮੈਕ ਦੇ ਰਾਹੀਂ ਜਿਹੜਾ ਉਹ ਇੱਥੇ ਪਾਠ ਹੋਇਆ ਕਰੂਗਾ ਅਰਦਾਸ ਹੋਇਆ ਕਰੂਗੀ ਔਰ ਉਸ ਤੋਂ ਬਾਅਦ ਆ ਵੀ ਹੈਗਾ ਜੋ ਵੀ ਇੱਥੇ ਜਿੰਨਾ ਚਿਰ ਇੱਥੇ ਸੰਗਤ ਨੇ ਰਹਿਣਾ ਆ ਉਹਨਾਂ ਤੇ ਸ਼ਬਦ ਕੀਰਤਨ ਜਿਹੜਾ ਚੱਲਦਾ ਰਿਹਾ ਕਰੂਗਾ ਇਹ ਸੇ ਟੋਟਲੀ ਐਲਪੀਜੀ ਗੈਸ ਨਾਲ ਗਿਆ ਇਹ ਸਾਰਾ ਜਿੰਨਾ ਵੀ ਹੈਗਾ ਇਹ ਜਿੰਨਾ ਸਿਸਟਮ ਬਣਿਆ ਹੈਗਾ ਇਹ ਤੁਸੀਂ ਆ ਪੱਠੀ ਆਪਣੇ ਆਪਣੇ ਕੰਜੇ ਖੋਲ ਕੇ ਦਿਖਾਓ ਜਰਾ ਇਧਰ ਤੁਸੀਂ ਦੇਖ ਰਹੇ ਹੋ ਕਿ ਸਾਰੀ ਗੈਸ ਦੀ ਕਿਟ ਲੱਗੀ ਹੋਈ ਆ ਆਸ਼ਰੰਦ ਰਹੇਗੇ ਇਹਨਾਂ ਇੱਕ ਸਮੇਂ ਤੇ ਜਿਹੜੇ ਆਪਾਂ ਚਾਰ ਸਿਲੰਡਰ ਲਾਉਣੇ ਆ ਚਾਰ ਸਿਲੰਡਰ ਲਾਵਾਂਗੇ ਤਾਂ ਫੇਰੇ ਜੇ ਤੁਸੀਂ ਸਾਹਮਣੇ ਦੇਖਣੀ ਬਰਨਰ ਦੋਵਾਂ ਸਾਈਡਾਂ ਤੇ ਲੱਗੇ ਹੋਏ ਆ ਇਹ ਫਾਇਰਿੰਗ ਜਿਹੜੀ ਦੋਵਾਂ ਸਾਈਡਾਂ ਤੋਂ ਹੋਣੀ ਆ ਇੱਕ ਪੋਰਟ ਨੇ ਜਿਹੜਾ ਅਸੀਂ ਇਧਰੇ ਬਣਾ ਦਿੱਤਾ ਹੈਗਾ ਵੀ ਇਧਰ ਕਿਸੇ ਦੀ ਮਰਜ਼ੀ ਇਧਰ ਬਾਲਣਾ ਸੰਸਕਾਰ ਕਰ ਲਵੇ ਔਰ ਕਿਸੇ ਦੀ ਮਰਜ਼ੀ ਉਧਰ ਗੈਸ ਪਟੀ ਦੇ ਵਿੱਚ ਆਪਾਂ ਜਿੱਥੇ ਬੋਦੀ ਵਾਲੇ ਸੰਸਕਾਰ ਕਰ ਸਕੋ ਜਿਹੜਾ ਸਰਪੰਚ ਸਾਹਿਬ ਸੀਸੀਟੀਵੀ ਮੈਂ ਦੇਖ ਰਿਹਾ ਸਾਹਮਣੇ ਲੱਗੇ ਹੋਏ ਨੇ ਤਾਂ ਇਹਨਾਂ ਦੀ ਲੋੜ ਕਿਉਂ ਮਹਿਸੂਸ ਹੋ ਰਹੀ ਸੀ ਸੀਸੀਟੀਵੀ ਲਗਾਉਂਦੀ ਕਲ ਮਤਲਬ ਸਾਡੇ ਇੱਥੇ ਡੈੱਡ ਬੋਡੀਆਂ ਵੀ ਇੱਥੇ ਅਸੀਂ ਜਮ੍ਹਾਂ ਕਰਨੀਆਂ ਹੈਗੀਆਂ ਠੀਕ ਹੈ ਉਹਦੀ ਪ੍ਰੋਟੈਕਸ਼ਨ ਵਾਸਤੇ ਆ ਅਸੀਂ ਇੱਥੇ ਜਿਹੜਾ ਸਾਡਾ ਗਾਰਡ ਵੀ ਅਸੀਂ ਰੱਖ ਰਹੇ ਹਾਂ ਉਹਦੀ ਪ੍ਰੋਟੈਕਸ਼ਨ ਵਾਸਤੇ ਜਿਹੜਾ ਅਸੀਂ ਸਾਰਾ ਇਹ ਸੀਸੀਟੀਵੀ ਲਾਇਆ ਇਹਨੂੰ ਸਾਰਾ ਪਿੰਡ ਦੇ ਵਿੱਚ ਨਾਲ ਤੁਹਾਨੂੰ ਦਖਾਲਾਂਗੇ ਜਿਮ ਬਹੁਤ ਵਧੀਆ ਜਿਹੜਾ ਕਿ ਆਮ ਜਿਹੜਾ ਸ਼ਾਮ ਨੂੰ ਲੋਕਾਂ ਦਾ ਉਹੀ ਟਾਈਮ ਹੁੰਦਾ ਹੈ ਖਾਸ ਕਰਕੇ ਨੌਜਵਾਨਾਂ ਦਾ ਉਹ ਟਾਈਮ ਜਿਹੜਾ ਕਿ ਉੱਧਰਲੇ ਪਾਸੇ ਵੰਡਿਆ ਗਿਆ ਕੋਈ ਕਬੱਡੀ ਖੇਡਣ ਆਉਂਦਾ ਹੈ ਸ਼ਾਮ ਨੂੰ ਪੂਰਾ ਰੌਣਕ ਮੇਲਾ ਲੱਜੜਿਆ ਹੁੰਦਾ ਹੈ ਅੱਜ ਤੁਹਾਨੂੰ ਪੰਜਾਬ ਦਾ ਇੱਕ ਪਿੰਡ ਦਿਖਾਉਣੇ ਆ ਜਿੱਥੇ ਦੇ ਲੋਕਾਂ ਨੇ ਆਪਣੀ ਜੇਬ ਦੇ ਵਿੱਚੋਂ ਪੈਸਾ ਖਰਚ ਕਰਕੇ ਪਿੰਡ ਦੀ ਨੁਹਾਰ ਬਦਲੀ ਹੋਈ ਹੈ ਇਸ ਸਮੇਂ ਅਸੀਂ ਜਲੰਧਰ ਜ਼ਿਲ੍ਹੇ ਦੇ ਪਿੰਡ ਦਿয়ালਪੁਰ ਦੇ ਵਿੱਚ ਮੌਜੂਦ ਆ ਜਿੱਥੇ ਦੇ ਲੋਕਾਂ ਨੇ ਗਲੀਆਂ ਨਾਲੀਆਂ ਤੋਂ ਉੱਪਰ ਉੱਠ ਕੇ ਪਿੰਡ ਦੇ ਸਮਸ਼ਾਨ ਘਾੜ ਦੇ ਵਿੱਚ ਕਰੀਬ 50 ਲੱਖ ਰੁਪਿਆ ਖਰਚ ਕਰਕੇ ਹਰ ਸਹੂਲਤ ਦਾ ਪ੍ਰਬੰਧ ਕੀਤਾ ਹੋਇਆ। ਇਹ ਸਮਸ਼ਾਨ ਘਾੜ ਦੇ ਵਿੱਚ ਸੰਸਕਾਰ ਕਰਨ ਦੇ ਲਈ ਐਲਪੀਜੀ ਪੱਠੀ ਦਾ ਪ੍ਰਬੰਧ ਕੀਤਾ ਹੋਇਆ ਹੈ। ਸੀਸੀਟੀਵੀ ਕੈਮਰੇ ਲਗਾਏ ਹੋਏ ਨੇ, ਮੋਰਚਰੀ ਦਾ ਪ੍ਰਬੰਧ ਕੀਤਾ ਹੋਇਆ। ਇੱਥੋਂ ਤੱਕ ਕਿ 24 ਘੰਟੇ ਸਮਸ਼ਾਨ ਘਾੜ ਦੇ ਵਿੱਚ ਗੁਰਬਾਣੀ ਚਲਦੀ ਆ। ਪਿੰਡ ਦੀ ਪੰਚਾਇਤ ਸਾਡੇ ਨਾਲ ਮੌਜੂਦ ਹੈਗੀ ਆ। ਸਾਰੀ ਗੱਲਬਾਤ ਕਰਦੇ ਆ ਕਿ ਕੀ ਕੀ ਹੋਰ ਪ੍ਰਬੰਧ ਪਿੰਡ ਦੇ ਵਿੱਚ ਕੀਤੇ ਹੋਏ ਨੇ ਤਾਂ ਸਰਪੰਚ ਸਾਹਿਬ ਤੋਂ ਸ਼ੁਰੂਆਤ ਕਰਦੇ ਆ। ਸਰਪੰਚ ਸਾਹਿਬ ਸਾਡੇ ਨਾਲ ਮੌਜੂਦ ਨੇ। ਸਰਪੰਚ ਸਾਹਿਬ ਪਹਿਲਾਂ ਤਾਂ ਸਵਾਗਤ ਜਗਬਾਣੀ ਟੀਵੀ ਦੇ। ਵਾ ਜੀ ਕੀ ਭਤੇ ਅੱਛਾ ਮੈਂ ਚਾਹੁੰਨਾ ਕਿ ਵੈਸੇ ਅਸੀਂ ਤਾਂ ਦੇਖ ਹੀ ਲਿਆ ਮੈਂ ਚਾਹੁੰਨਾ ਕਿ ਤੁਸੀਂ ਆਪ ਇੱਕ ਵਾਰ ਦੱਸੋ ਕਿ ਪਿੰਡ ਦੇ ਸਮਸ਼ਾਨ ਘਾਟ ਦੇ ਵਿੱਚ 50 ਲੱਖ ਰੁਪਏ ਦੇ ਕਰੀਬ ਤੁਸੀਂ ਪੈਸਾ ਖਰਚ ਕੀਤਾ ਕੀ ਕੀ ਪ੍ਰਬੰਧ ਕੀਤੇ ਹੋਏ ਨੇ ਸਭ ਤੋਂ ਪਹਿਲਾਂ ਜੀ ਮੈਂ ਤੁਹਾਡਾ ਜਗਬਾਣੀ ਟੀਵੀ ਵਾਲਿਆਂ ਦਾ ਸਾਡੇ ਨਗਰ ਵਿੱਚ ਆਉਣ ਤੇ ਜੀ ਆਖਦਾ ਧੰਨਵਾਦ ਕਰਦਾ ਤੁਹਾਡਾ ਆਪਣੇ ਬੀਜੀ ਸ਼ਡਿਊਲ ਦੇ ਵਿੱਚੋਂ ਟਾਈਮ ਕੱਢ ਕੇ ਤੁਸੀਂ ਅੱਜ ਸਾਨੂੰ ਇੱਥੇ ਆ ਕੇ ਸਾਡੇ ਨਾਲ ਵਿਚਾਰ ਸਾਂਝੇ ਕਰਨ ਦਾ ਸਾਨੂੰ ਮੌਕਾ ਦਿੱਤਾ ਔਰ ਜਿਵੇਂ ਕਿ ਤੁਸੀਂ ਸਾਡੇ ਨਾਲ ਆ ਕੇ ਇਹ ਇ वार्तालाप ਸ਼ੁਰੂ ਕੀਤੀ ਆ ਵੇ ਤੈਨੂੰ ਦੇਖ ਹੀ ਲਿਆ ਤੁਸੀਂ ਸਾਰਾ ਜਿੰਨਾ ਵੀ ਸੈਟਅਪ ਅਸੀਂ ਇੱਥੇ ਸ਼ਮਸ਼ਾਨ ਘਾਟ ਦੇ ਵਿੱਚ ਤਿਆਰ ਕੀਤਾ ਇਹਦੇ ਵਿੱਚ ਜਿੱਦਾਂ ਜਿੰਨਾ ਵੀ ਟੋਟਲ ਸਾਡੀ ਜਿਹੜੀ ਅਮਾਉਂਟ ਲੱਗੀ ਆ ਕਿਉਂਕਿ 32 ਲੱਖ ਰੁਪਈਆ ਜਿਹੜਾ ਅਸੀਂ ਹੁਣ ਲਾਇਆ ਜਿਹੜਾ ਹੈਗਾ ਔਰ ਮੇਰਾ ਖਿਆਲ ਜਿਹੜੀਆਂ ਦੋ ਵੱਡੀਆਂ ਛੱਡਾਂ ਜਿਹੜੀਆਂ ਅਸੀਂ ਪਹਿਲਾਂ ਬਣਾਈਆਂ ਹੈਗੀਆਂ तकरीबन ਪ 15 ਤੋਂ 20 ਲੱਖ ਰੁਪਏ ਉਹਨਾਂ ਤੇ ਲੱਗਿਆ ਹੋਇਆ ਹੈ। ਤਕਰੀਬਨ 50-55 ਲੱਖ ਰੁਪਏ ਆਲਟੋਗੇਦਰ ਜਿਹੜਾ ਸਾਡਾ ਇਹਦੇ ਤੇ ਸੈਟ ਸਾਰੇ ਸੈਟਅਪ ਦੇ ਉੱਤੇ ਖਰਚਾ ਆਇਆ ਹੋਇਆ। ਉਹਦੇ ਵਿੱਚ ਜਿਵੇਂ ਤੁਸੀਂ ਦੇਖਿਆ ਵੀ ਇੰਟਰੈਸਟ ਤੋਂ ਆਪਾਂ ਜਦੋਂ ਐਂਟਰ ਹੁੰਨੇ ਆਂ, ਸ਼ੈਡ ਦੇ ਉੱਤੇ ਲੈਫਟ ਸਾਈਡ ਤੇ ਰਾਈਟ ਸਾਈਡ ਦੇ ਉੱਤੇ ਟੌਲਟ ਬਣੀਆਂ ਹੋਈਆਂ, ਵਾਸ਼ਪੇਸ਼ਨ ਹੈ। ਇੱਕ ਬੀਬੀਆਂ ਦੇ ਬੈਠਣ ਬਾਅਦ ਤੇ ਸ਼ੈਡ ਲੱਗਿਆ, ਬੰਦਿਆਂ ਦੇ ਬੈਠਣ ਬਾਅਦ ਤੇ ਵੱਡੀ ਸ਼ੈਡ ਲੱਗ ਬਣੀ ਹੋਈ ਹੈ। ਔਰ ਇੱਕ ਸਾਈਡ ਤੇ ਮੋਰਚੀ ਜਿਹੜੀ ਬਣੀ ਆ ਉਹ ਸਾਡੇ ਸਤਿਕਾਰਯੋਗ ਬੀਬੀ ਕਮਲਜੀਤ ਕੁਰ ਦੀ ਝੋਪੜ ਇਹਨਾਂ ਨੇ ਆਪਣੇ ਬਜ਼ੁਰਗਾਂ ਦੀ ਤੇਜਾ ਸਿੰਘ ਦੀ ਧੂਪੜ ਹਰਪਰ ਸਿੰਘ ਦੀ ਧੂਪੜ ਉਹ ਮਾਤਾ ਰੇਸ਼ਮਕੌਰ ਦੀ ਧੂਪੜ ਦੀ ਯਾਦ ਦੇ ਵਿੱਚ ਇਹ ਸਾਰੀ ਜਿਹੜੀ ਮੌਤਰੀ ਸੇਵਾ ਕੀਤੀ ਆ ਤਕਰੀਬਨ 10 ਲੱਖ ਰੁਪਏ ਇਹਨਾਂ ਕੱਲੇ ਪਰਵਾਰ ਨੇ ਸੇਵਾ ਕੀਤੀ ਆ ਉਸ ਤੋਂ ਅਗੇ ਤੁਸੀਂ ਦੇਖ ਰਹੇ ਆ ਕਿ ਆ ਚੌਂਪੜੀ ਆਪਾਂ ਬਣਾਈ ਹੋਈ ਆ ਇਹ ਚੌਂਪੜੀ ਸਪੈਸ਼ਲ ਇਸਟ ਕਰਕੇ ਬਣਾਈ ਕਿ ਜਦੋਂ ਇੱਥੇ ਕੋਈ ਸੰਸਕਾਰ ਦਾ ਸਮਾਂ ਹੁੰਦਾ ਉਸ ਟਾਈਮ ਤੁਹਾਨੂੰ ਪਤਾ ਵੀ ਆਪਣਾ ਜਿਹੜਾ ਕੋਈ ਜਿੰਨੀ ਵੀ ਇੱਥੇ ਸੰਗਤ ਤੇ ਜੁੜੀ ਹੁੰਦੀ ਹੈ ਉਹਨਾਂ ਨੂੰ ਕੋਈ ਸੋਧ ਬੋਧਣੀ ਹੁੰਦੀ ਜਦੋਂ ਮਤਲਬ ਸੰਸਕਾਰ ਹੋ ਰਿਹਾ ਹੁੰਦਾ ਚੀਕ ਜਿਹੜਾ ਪਿਆ ਹੁੰਦਾ ਸੀ ਉਸ ਚੀਜ਼ ਨੂੰ ਥੋੜਾ ਜਿਹਾ ਮਤਲਬ ਇਹ ਕੰਟਰੋਲ ਕਰਨ ਲਈ ਜਾਂ ਪਰਮਾਤਮਾ ਵਾਲੇ ਪਾਸੇ ਥੋੜਾ ਜਿਹਾ ਮਨ ਜੋੜਨ ਵਾਸਤੇ ਅਸੀਂ ਇਹ ਝੌਂਪੜੀ ਬਣਾਈ ਹੈ ਤਾਂ ਕਿ ਇੱਥੇ ਇੱਕ ਤਾਂ ਜਦੋਂ ਸੰਸਕਾਰ ਹੁੰਦਾ ਵੀ ਗੱਲਾਂ ਰੋਲੇ ਰੁੱਲੇ ਦੇ ਵਿੱਚ ਪਤਾ ਨਹੀਂ ਲੱਗਦਾ ਵੀ ਬਾਬਾ ਜੀ ਜਾਂ ਪੰਡਤ ਜੀ ਕੋਈ ਕਿਹੜਾ ਕਿਰਿਆਕਰਮ ਕਰ ਰਹੇ ਕਿਹੜਾ ਪਾਠ ਕਰ ਰਹੇ ਆ ਸੋ ਇਸ ਚੀਜ਼ ਤੇ ਜਿਹੜੀ ਹੁਣ ਆਪਾਂ ਥੜਾ ਬਣਾਇਆ ਇੱਥੇ ਝੌਂਪੜੀ ਦੇ ਥੱਲੇ ਇੱਥੇ ਬਾਬਾ ਜੀ ਜਾਂ ਪੰਡਤ ਜੀ ਬੈਠ ਕੇ ਆਪਣਾ ਜਿਹੜਾ ਧਾਰਮਿਕ ਰਸਮ ਰਵਾਜ ਜਿਹੜਾ ਆਪਾਂ ਕਰਿਆ ਕਰਨਗੇ ਅੰਦਰ ਵੱਡਾ ਸਾਡਾ ਜਿਹੜਾ ਕਾਡਲੈਸ ਮੈਕ ਦੇ ਰਾਹੀਂ ਜਿਹੜਾ ਉਹ ਇੱਥੇ ਪਾਠ ਹੋਇਆ ਕਰੂਗਾ ਅਰਦਾਸ ਹੋਇਆ ਕਰੂਗੀ ਔਰ ਉਸ ਤੋਂ ਬਾਅਦ ਆ ਵੀ ਹੈਗਾ ਜੋ ਵੀ ਇੱਥੇ ਜਿੰਨਾ ਚਿਰ ਇੱਥੇ ਸੰਗਤ ਨੇ ਰਹਿਣਾ ਆ ਉਹਨਾਂ ਚ ਸ਼ਬਦ ਕੀਰਤਨ ਜੇ ਇੱਥੇ ਜਿਹੜਾ ਚੱਲਦਾ ਰਿਹਾ ਕਰੂਗਾ ਤਾਂ ਕਿ ਸਾਰਾ ਹੀ ਸੰਗਤ ਨੂੰ ਜਿਹੜਾ ਉਹ ਮਤਲਬ ਸਮਾ ਜਿਹੜਾ ਇਹ ਪਰਮਾਤਮਾ ਦੇ ਨਾਲ ਥੋੜਾ ਬਤਰ ਜਿਹੜੀ ਸੰਗਤ ਉਹ ਜੁੜ ਸਕੇ ਔਰ ਇਧਰ ਲਈ ਛੱਟ ਤੇ ਤੁਸੀਂ ਦੇਖ ਰਹੇ ਹੋ ਵੀ ਬੰਦਿਆਂ ਦੇ ਬੈਠਣ ਵਾਸਤੇ ਛੱਟ ਜਿਹੜੀ ਅਲੱਗ ਬਣਾਈ ਗਈ ਆ ਆਪਣੇ ਪਿਛਲੇ ਪਾਸੇ ਜਿਹੜਾ ਹੁਣ ਸਭ ਤੋਂ ਵੱਡਾ ਜਿਹੜਾ ਸਾਡਾ ਪ੍ਰੋਜੈਕਟ ਹੈਗਾ ਸੀਗਾ ਉਹ ਐਲਪੀਜੀ ਗੈਸ ਦਾ ਪੱਠੀ ਜਿਹੜੀ ਉਹ ਸੰਸਕਾਰ ਕਰਨ ਵਾਲੀ ਆ ਚਾਹਨਾ ਕਿ ਜਾ ਕੇ ਦੇਖਦੇ ਆ ਕਿਸ ਤਰੀਕੇ ਦਾ ਉਪਰ ਬੰਦ ਕੀਤਾ ਹੋਇਆ ਆਓ ਜੀ ਦੇਖਦੇ ਆਪਾਂ ਇਹ 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 ਆਪਾਂ ਦੇਖ ਰਹੇ ਆਂ ਸਾਹਮਣੇ ਸਾਰਾ ਇਹ ਫਿਰ ਇਹਦੇ ਵਿੱਚ ਸਿਲੰਡਰ ਦਾ ਇਸਤੇਮਾਲ ਕੀਤਾ ਜਾਂਦਾ ਸਾਰਾ ਨਾਲ ਇਹ ਸੇ ਟੋਟਲੀ ਐਲ ਪੀ ਜੀ ਗੈਸ ਦਾ ਇਹ ਸਾਰਾ ਜਿੰਨਾ ਵੀ ਹੈਗਾ ਇਹ ਜਿੰਨਾ ਸਿਸਟਮ ਬਣਿਆ ਹੈਗਾ ਇਹ ਤੁਸੀਂ ਆ ਪੱਠੀ ਆਪਣੇ ਮੈਨੂੰ ਆਪਣੇ ਪਿੰਦੇ ਖੋਲ ਕੇ ਦਿਖਾਓ ਜਰਾ ਇਧਰ ਤੁਸੀਂ ਦੇਖ ਰਹੇ ਹੋ ਕਿ ਸਾਰੀ ਗੈਸ ਦੀ ਕਿਟ ਲੱਗੀ ਹੋਈ ਆ ਠੀਕ ਆ 8 ਸਿਲੰਡਰ ਹੈਗੇ ਇਹਨਾਂ ਇੱਕ ਸਮੇਂ ਤੇ ਜਿਹੜੇ ਆਪਾਂ 4 ਸਿਲੰਡਰ ਲਾਉਣੇ ਆ ਚਾਰ ਸਲੈਂਟਰ ਲਾਵਾਂਗੇ ਤੇ ਫਿਰ ਜਿਹੜੇ ਤੁਸੀਂ ਸਾਹਮਣੇ ਦੇਖਨੇ ਬਰਨਰ ਦੋਵਾਂ ਸਾਈਡਾਂ ਤੇ ਲੱਗੇ ਹੋਏ ਆ ਇਹ ਫਾਇਰਿੰਗ ਜਿਹੜੀ ਦੋਵਾਂ ਸਾਈਡਾਂ ਤੋਂ ਹੋਣੀ ਆ ਟ੍ਰੇ ਬਾਹਰ ਕੱਢ ਕੇ ਡੈੱਡ ਬੋਡੀ ਇਹਦੇ ਉੱਤੇ ਰੱਖ ਕੇ ਜਿਹੜੀ ਆ ਫਿਰ ਇਹਨੂੰ ਪੁਸ਼ ਕਰਕੇ ਇਹਨੂੰ ਪੱਠੇ ਨੂੰ ਬੰਦ ਕਰ ਦਿੱਤਾ ਜਾਊਗਾ ਫਿਰ ਜਿਹੜੀ ਇਹਦੀ ਬਰਨਿੰਗ ਕਰਕੇ ਤੇ ਜਿਹੜਾ ਸੰਸਕਾਰ ਜਿਹੜਾ ਉਹ ਕੀਤਾ ਜਾਊਗਾ ਯਾਨੀ ਕਿ ਬਿਨਾਂ ਲੱਕੜਾਂ ਤੋਂ ਇਹ ਜਿਵੇਂ ਬਾਹਰ ਟੈਕਨੀਕ ਹੁੰਦੀ ਸੀਗੀ ਪਹਿਲਾਂ ਇਹ ਗੈਸ ਦੇ ਨਾਲ ਹੋਊਗਾ ਸੰਸਕਾਰ ਇਹ ਤੇ ਇਹਦੇ ਵਿੱਚ ਮੈਂ ਸਮਝਦਾ ਵੀ ਜਿਹੜਾ ਦੂਸਰੇ ਨਾਲੋਂ ਆਪਾਂ ਨੂੰ ਇਹ ਸੌਖਾ ਇਸ ਕਰਕੇ ਆ ਕਿਉਂਕਿ ਦੂਜਾ ਜਿਹੜਾ ਵੀ ਪਹਿਲਾਂ ਤਾਂ ਕਈਆਂ ਕੋ ਤਾਂ ਕਿ ਉਹ ਆਪਣਾ ਬਾਲਣ ਲਿਆ ਸਕੇ ਕੋਈ ਪ੍ਰਬੰਧ ਕਰ ਸਕੇ ਕਈ ਵਾਰੀ ਅਗਰ ਕੋਈ ਸਾਧਨ ਹੀ ਹੁੰਦਾ ਬਾਲਣ ਨੂੰ ਲੈਣ ਵਾਸਤੇ ਸੋ ਮਤਲਬ ਬੜੀ ਪਰੇਸ਼ਾਨੀ ਆਉਂਦੀ ਬਾਲਣ ਦੇ ਨਾਲ ਵੀ ਖਾਸ ਕਰਕੇ ਬਰਸਾਤਾਂ ਦੇ ਦਿਨਾਂ ਵਿੱਚ ਜਾਂ ਜਦੋਂ ਕਹਿੰਦੇ ਵੀ ਸਰਦੀਆਂ ਦੇ ਦਿਨ ਹੁੰਦੇ ਆ ਬਾਲਣ ਸਲਾਬਿਆ ਹੁੰਦਾ ਉਹਦੇ ਨਾਲ ਸੰਸਕਾਰ ਕਰਨ ਦੇ ਵਿੱਚ ਬੜੀ ਮੁਸ਼ਕਲ ਆਉਂਦੀ ਆ ਸਮੇਂ ਤੇ ਕਈ ਵਾਰ ਸਾਨੂੰ ਇੱਥੇ ਡੀਜ਼ਲ ਤੇਲ ਮਗਾ ਕੇ ਵੀ ਜਿਹੜਾ ਉਹ ਸੰਸਕਾਰ ਜਿਹੜਾ ਕਰਨਾ ਪੈਂਦਾ ਉਹਦੇ ਬਜਾਏ ਜਿਹੜਾ ਇਹ ਜਿਹੜਾ ਹੁਣ ਐਲ ਪੀ ਜੀ ਗੈਸ ਦਾ ਇਹਦੇ ਤੇ ਤੇ ਦੇਖੋ ਜੀ ਇਹ ਕਹੇਗਾ ਵੀ ਸਾਡਾ ਸਾਰਾ ਪਹਿਲਾਂ ਸਾਰਾ ਸਿਸਟਮ ਤਿਆਰ ਹੋਣਾ ਤੇ ਕਿਸੇ ਨੂੰ ਕੋਈ ਪਰੇਸ਼ਾਨੀ ਨਹੀਂ ਵੀ ਉਹ ਘਰੋਂ ਡੈੱਡ ਬੋਡੀ ਤਿਆਰ ਕਰਕੇ ਇੱਥੇ ਲਿਆ ਕੇ ਸਿੱਧਾ ਸੰਸਕਾਰ ਕਰ ਸਕਦੇ ਆ ਉਹਨਾਂ ਨੂੰ ਕੋਈ ਪਰੇਸ਼ਾਨੀ ਨਹੀਂ ਕਿਉਂਕਿ ਸਾਡੀ ਪਹਿਲਾਂ ਹੀ ਸਾਰੀ ਤਿਆਰੀ ਕੀਤੀ ਹੋਣੀ ਆ ਅੱਛਾ ਸਰਪੰਚ ਸਾਹਿਬ ਚਲੋ ਇਹ ਤਾਂ ਇੱਕ ਵਧੀਆ ਪ੍ਰਾਲਾ ਕੀਤਾ ਪਰ ਪਿੰਡਾਂ ਦੇ ਵਿੱਚ ਅਜੇ ਵੀ ਕੁਝ ਵਹਿਮ ਭਰਮ ਹੁੰਦੇ ਨੇ ਕਿ ਜਿਵੇਂ ਰੀਤੀ ਰਿਵਾਜਾਂ ਨਾਲ ਪਹਿਲਾਂ ਸੰਸਕਾਰ ਹੁੰਦਾ ਸੀਗਾ ਉਵੇਂ ਕੀਤਾ ਜਾਵੇ ਤਾਂ ਇਹ ਉਹ ਵੀ ਚੀਜ਼ ਉਵੇਂ ਰੱਖੀ ਆ ਫਿਰ ਹਾਂਜੀ ਉਹ ਵੀ ਆ ਜੀ ਕਿਉਂਕਿ ਇਹ ਛੱਟ ਜਿਹੜੀ ਸਾਡੀ ਪਹਿਲੀ ਸੀ ਥੋੜੀ ਛੋਟੀ ਸੀਗੀ ਤੇ ਸਾਰੀ ਕ੍ਰੈਕ ਹੋ ਗਈ ਸੀ ਉਹਨੂੰ ਢਾਕੇ ਅਸੀਂ ਇਹ ਦੁਬਾਰਾ ਬਣਾਈ ਆ ਇੱਕ ਪੋਰਸ਼ਨ ਅਸੀਂ ਉੱਧਰ ਐਲਪੀਜੀ ਗ ਕਿਸੇ ਦੀ ਮਰਜ਼ੀ ਇੱਧਰ ਬਾਲਣਾ ਸੰਸਕਾਰ ਕਰ ਲਵੇ ਔਰ ਕਿਸੇ ਦੀ ਮਰਜ਼ੀ ਹੈ ਉਧਰ ਗੈਸ ਪੱਟੀ ਦੇ ਵਿੱਚ ਆਪਣਾ ਡੈੱਡ ਬੋਡੀ ਵਾਲੇ ਸੰਸਕਾਰ ਕਰ ਸਕਦਾ ਠੀਕ ਹੈ ਅੱਛਾ ਇਹ ਸਾਹਮਣੇ ਦੋ ਬਾਕਸ ਬਣਾਏ ਹੋਏ ਨੇ ਇਹ ਬਾਕਸ ਹੈਗੇ ਜੀ ਜਿਵੇਂ ਜਦੋਂ ਆਪਾਂ ਸੰਸਕਾਰ ਕਰਦੇ ਆ ਬਾਅਦ ਦੇ ਵਿੱਚ ਹੁੰਦਾ ਵੀ ਆਪਾਂ ਉਸ ਮ੍ਰਿਤਕ ਦੇ ਜਿਹੜੇ ਫੁੱਲ ਕਹ ਲਓ ਜਾਂ ਆਸਤੀਆਂ ਕਹ ਲਓ ਆਪਾਂ ਚੁਕਦੇ ਆ ਉਹਨਾਂ ਨੂੰ ਇਹ ਰੱਖਣ ਵਾਸਤੇ ਸਪੈਸ਼ਲ ਜਿਹੜੇ ਦੋ ਬਾਕਸ ਬਣਾਤੇ ਕਈਆਂ ਤੋਂ ਘਰ ਪ੍ਰਬੰਧ ਨਹੀਂ ਹੁੰਦੇ ਜਾਂ ਕਈਆਂ ਨੂੰ ਇਹ ਵੀ ਬਹਿਮ ਹੁੰਦਾ ਵੀ ਅਸੀਂ ਮਰਤਕ ਦੇ ਜਿਹੜੇ ਆਸਤ ਇਹੋ ਘਰ ਨਹੀਂ ਲੈ ਕੇ ਜਾਣੇ ਸੋ ਇਸ ਕਰਕੇ ਅਸੀਂ ਇਹ ਬਾਕਸ ਇੱਥੇ ਬਣਾ ਦਿੱਤੇ ਆ ਬਕਾਇਦਾ ਇਹਨਾਂ ਨੂੰ ਡੋਰ ਲੱਗੇ ਹੋਏ ਆ ਇੱਥੇ ਲੋਕ ਲਾ ਕੇ ਆਪਣੇ ਆਸਤ ਜਿਹੜੇ ਉੱਥੇ ਰੱਖ ਸਕਦੇ ਜਦੋਂ ਮਰਜੀ ਇਥੋਂ ਉਹ ਲੈ ਕੇ ਜਾ ਸਕਦੇ ਹੋ ਅੱਛਾ ਜਾਨੀ ਕਿ ਇੱਥੇ ਰੱਖ ਲੋ ਜਦੋਂ ਲੋਡ ਪਈ ਆ ਜਦੋਂ ਜਲ ਪ੍ਰਵਾਹ ਕਰਨੇ ਉਦੋਂ ਲੈ ਕੇ ਜਦੋਂ ਉਹਨਾਂ ਨੇ ਮੰਨ ਲਓ ਕਿਤੇ ਵੀ ਜਾ ਕੇ ਉਸ ਦਾ ਤਾਰ ਨਹੀਂ ਹੋਣ ਇੱਥੋਂ ਜਦੋਂ ਮਰਜ਼ੀ ਲੈ ਕੇ ਜਾ ਸਕਦੇ ਹੋ ਠੀਕ ਹੈ ਤਾਂ ਅੱਛਾ ਇਹ ਜਿਹੜਾ ਸ਼ੈੱਡ ਬਣਿਆ ਹੋਇਆ ਇਹ ਇੱਕ ਪਾਸੇ ਜਿਵੇਂ ਤੁਸੀਂ ਦੱਸਦੇ ਪਏ ਸੀਗੇ ਕਿ ਇੱਕ ਪਾਸੇ ਮਰਦਾਂ ਦਾ ਇਧਰ ਲ ਬਣੇ ਬਣਾਇਆ ਹੋਇਆ ਹਾਂਜੀ ਇਧਰ ਪਾਸੇ ਮਰਦਾਂ ਦੇ ਬੈਸਣ ਵਾਸਤੇ ਆ ਉਧਰ ਜਿਹੜੀ ਉਹ ਵੱਡੀ ਸ਼ੈੱਡ ਹੈਗੀ ਵੱਡੀ ਉਹ ਬੀਬੀਆਂ ਦੇ ਬੈਸਣ ਵਾਸਤੇ ਉਹ ਜਿਹੜੀ ਸ਼ੈੱਡ ਦੀ ਸੇਵਾ ਇਹ ਸਾਡੇ ਬੱਬੂ ਧੂਪੜ ਦੀ ਹੈਗੀ ਇਹਨਾਂ ਦੇ ਪਰਿਵਾਰ ਵੱਲੋਂ ਸਾਰੀ ਕੀਤੀ ਗਈ ਹੈ ਉਹ ਸਾਰੀ ਸੇਵਾ ਅੱਛਾ ਇਹ ਫਿਰ ਜਿਹੜੀ ਇਹ ਹਟ ਇੱਕ ਬਣਾਈ ਹੋਈ ਆ ਤਾਂ ਇੱਥੇ ਹੀ ਜਿਹੜਾ ਉਹ ਬਾਬਾ ਜੀ ਬੈਠਣਗੇ ਜਦੋਂ ਕਰਦੇ ਨੇ ਪਾਠ ਬਿਲਕੁਲ ਜੀ ਇਹ ਹਟ ਦੇ ਥੱਲੇ ਜਿਹੜਾ ਆਪਣਾ ਥੜਾ ਬਣਾਇਆ ਤੁਸੀਂ ਦੇਖਣੇ ਬੜੀ ਉਚਾਈ ਦੇ ਵਿੱਚ ਆ 2-3 ਫੁੱਟ ਇਹਦੇ ਉੱਤੇ ਬੈਠ ਕੇ ਬਾਬਾ ਜੀ ਪੰਡਤ ਜੀ ਬੈਠ ਕੇ ਆਪਣਾ ਜਿਹੜਾ ਉਹ ਧਰਮ ਦੇ ਅਨੁਸਾਰ ਆਪਣਾ ਪਾਠ ਪੂਜਾ ਕਰਨਗੇ ਉਹ ਤਾਂ ਕਿ ਕੋਰਟਲਸ ਮੈਗ ਹੋ ਉਹਨਾਂ ਦੇ ਕੋਲ ਤਾਂ ਕਿ ਸਾਰੀ ਸੰਗਤ ਨੂੰ ਪਤਾ ਲੱਗ ਸਕੇ ਵੀ ਕਿਹੜਾ ਪਾਠ ਚੱਲ ਰਿਹਾ ਅਰਦਾਸ ਕਰ ਉਹ ਹੁਣ ਅਰਦਾਸ ਹੋ ਰਹੀ ਹੈ ਕੀਰਤਨ ਸੋਲਾ ਪਾਠ ਹੋ ਰਿਹਾ ਕਿਉਂਕਿ ਉਦਾਂ ਜਦੋਂ ਆਮ ਨਾਰਮਲੀ ਹੁੰਦੇ ਬਾਬਾ ਕਿਉਂਕਿ ਮਾਹੌਲ ਗਮਗੀਨ ਹੁੰਦਾ ਸਾਰਿਆਂ ਦਾ ਰੋਣਾ ਧੋਣਾ ਹੁੰਦਾ ਉਸ ਲਈ ਹੋਇਆ ਹੁੰਦਾ ਤੁਸੀਂ ਇਸ ਜੀਨ ਵਸੇ ਮਾਲ ਨੂੰ ਕੰਟਰੋਲ ਕਰਨ ਦੀ ਖਾਤਿਰ ਇੱਕ ਤਾਂ ਚਲੋ ਜਦੋਂ ਲੋਕਾਂ ਦੇ ਕੰਨਾਂ 'ਚ ਗੁਰਮਾਣੀ ਦਾ ਪਾਠ ਦਾ ਆਵਾਜ਼ ਜਾਊਗੀ ਤੇ ਲੋਕਾਂ ਦਾ ਧਿਆਨ ਥੋੜਾ ਜਿਆ ਪਰਮਾਤਮਾ ਵਾਲੇ ਪਾਸੇ ਜੋੜਨਗੇ ਲੋਕ ਉਹਨਾਂ ਸਮਾਂ ਉਹਨਾਂ ਦਾ ਪਰਮਾਤਮਾ ਦੇ ਪਾਸੇ ਜਿਹੜਾ ਉਹ ਮਾੜਾ ਮੋਟਾ ਲੱਗ ਸਕਦਾ ਲਿਖੇ ਲੱਗ ਸਕਦਾ ਜਿਹੜੇ ਕੋਰਡਲੈਸ ਮਾਈਕ ਲਗਾਇਆ ਹੋਇਆ ਜਿਹੜੇ ਵੱਡੇ ਸਪੀਕਰ ਅੰਦਰ ਲੱਗੇ ਹੋਏ ਨੇ ਆਵਾਜ਼ ਉਧਰੋਂ ਆਊਗੀ ਹਾਂ ਜੀ ਆਵਾਜ਼ ਉਧਰੋਂ ਆਊਗੀ ਦੋਵੇਂ ਸਪੀਕਰ ਅਸੀਂ ਅੰਦਰ ਉਧਰ ਜਿਹੜੀ ਹੈਗੀ ਆ ਐਲ ਪੀ ਜੀ ਵਾਲੀ ਪੱਟੀ ਜਿਹੜੀ ਆ ਉਸ ਕਮਰੇ ਦੇ ਵਿੱਚ ਲਾ ਦਿੱਤੇ ਹੋਏ ਆ ਅੱਛਾ ਸਰਪੰਚ ਸਾਹਿਬ ਅੰਦਰ ਮੋਰਚਰੀ ਦੇ ਵਿੱਚ ਵੀ ਇੱਕ ਫ੍ਰੀਜਰ ਰੱਖਿਆ ਹੋਇਆ ਉਹ ਹਾਂਜੀ ਉਹ ਵੱਡਾ ਫ੍ਰੀਜਰ ਆ ਜੀ ਡੈਡ ਬੋਡੀ ਫ੍ਰੀਜ ਕਰਨ ਵਾਸਤੇ ਉਹਦੇ ਵਿੱਚ ਰੱਖਣ ਵਾਸਤੇ ਉਹਦੇ ਮੰ ਬਣਾਏ ਹੋਏ ਬਾਕੀ ਸਾਡਾ ਅਸੀਂ ਉਥੇ ਦਫ਼ਤਰ ਵੀ ਬਣਾ ਦਿੱਤਾ ਹੈ ਤੇ ਉਥੇ ਹੀ ਸਾਰਾ ਜਿਹੜਾ ਕਹ ਲਓ ਕਿ ਜਦੋਂ ਆਪਣਾ ਕੋ ਡੈਡ ਬੋਡੀ ਆਪਾਂ ਇੱਥੇ ਮੈਂ ਜਮ੍ਹਾਂ ਕਰਨੀ ਆ ਉਹਦਾ ਰਿਕਾਰਡ ਰੱਖਣ ਵਾਸਤੇ ਵੀ ਅਸੀਂ ਸਾਰਾ ਇੱਥੇ ਪ੍ਰਬੰਧ ਕੀਤਾ ਹੈਗਾ ਕੌਣ ਬੰਦਾ ਕਿਹਦੀ ਡੈਡ ਬੋਡੀ ਆਈ ਕੌਣ ਲੈ ਕੇ ਆ ਕੌਣ ਬਾਅਦ ਵਿੱਚ ਲੈ ਕੇ ਗਿਆ ਵਾਪਸ ਤੇ ਉਹ ਸਾਰਾ ਸਿਉ ਹੈਗਾ ਕਿ ਸਾਡੇ ਸੀਸੀਟੀਵੀ ਦਾ ਕੰਟਰੋਲ ਵੀ ਸਾਰਾ ਜਿਹੜੇ ਇਸੇ ਦਫ਼ਤਰ ਦੇ ਵਿੱਚ ਹੀ ਇਸੇ ਰੱਖਿਆ ਹੋਇਆ ਜਿਵੇਂ ਪਹਿਲਾਂ ਡੈੱਡ ਬੋਡੀ ਰੱਖਣੀ ਪੈਂਦੀ ਸੀਗੀ ਤੁਹਾਨੂੰ ਲੱਗਦਾ ਕਿ ਹਸਪਤਾਲ ਦੇ ਵਿੱਚ ਜਾਣਾ ਪੈਂਦਾ ਸੀਗਾ ਉੱਥੇ ਰੱਖਣੀ ਪੈਂਦੀ ਸੀਗੀ ਸਵੇਰੇ ਉੱਥੋਂ ਲੈ ਕੇ ਆਉਣੀ ਪੈਂਦੀ ਸੀਗੀ ਤਾਂ ਉਹ ਸਾਰਾ ਪ੍ਰਬੰਧ ਜਿਹੜਾ ਇੱਥੇ ਕਰਤਾ ਪਿੰਡ ਜੀ ਹਾਂਜੀ ਇਸ ਤਰ੍ਹਾਂ ਜੀ ਸਾਡਾ ਸਾਡੇ ਨਗਰ ਦੇ ਵਿੱਚੋਂ ਜੀ ਕਾਫੀ ਜਿਹੜੇ ਪਰਿਵਾਰ ਆ ਉਹ ਐਨਆਰ ਆਗੇ ਆ ਅੱਛਾ ਤੇ ਜਦੋਂ ਕੋਈ ਇੱਥੇ ਉਹਨਾਂ ਦੇ ਕਿਸੇ ਵੀ ਸਾਖ ਸੰਬੰਧੀ ਦੇ ਮਗਰ ਕੋਈ ਕਹੋ ਵੀ ਡੈਥ ਹੋ ਜਾਂਦੀ ਸੀ ਤੇ ਉਹਨੂੰ ਫਿਰ ਅਸੀਂ ਸਾਨੂੰ ਕੱਲ ਵੀ ਦੂਰ ਡਰਾਦੇ ਜਰਨੰਦਰ ਵਗੈਰਾ ਜਾਂ ਕਿਸੇ ਹੋਰ ਪਿੰਡ ਦੇ ਇਥੇ ਇਹ ਮੂਰਤੀਆਂ ਬਣੀਆਂ ਹੋਈਆਂ ਜੇ ਉੱਥੇ ਲੈ ਕੇ ਜਾਣਾ ਪੈਂਦਾ ਸੀ ਕਈ ਵਾਰੀ ਮੁਸ਼ਕਲ ਇਹ ਨਹੀਂ ਹੁੰਦੀ ਸੀ ਵੀ ਕਿਸੇ ਪਾਸੇ ਵੀ ਸਾਨੂੰ ਇਹ ਨਹੀਂ ਸੀ ਮਿਲਦੀ ਅੱਗੇ ਬੁੱਕ ਹੋਈਆਂ ਹੁੰਦੀਆਂ ਸੀ ਸੋ ਉਸ ਚੀਜ਼ ਨੂੰ ਸਾਡ ਅਸੀਂ ਉਸ ਪ੍ਰੋਬਲਮ ਹੱਲ ਕਰਨ ਵਾਸਤੇ ਇਹ ਜਿਹੜੀ ਫਿਰ ਜਿਹੜੀ ਸੀ ਡੈਡ ਮਾੜੇ ਮੋਰਚੀ ਜਿਹੜੀ ਅਸੀਂ ਇੱਥੇ ਬਣਾਈ ਜੇ ਤਾਂ ਕਿ ਜਿਹੜਾ ਵੀ ਮਤਲਬ ਸਾਡੇ ਪਿੰਡੋਂ ਜਾਂ ਸਾਡੇ ਆਸ-ਪਾਸ ਦੇ ਇਲਾਕੇ ਨੂੰ ਜੀ ਇਹ ਸਹੂਲਤ ਜਿਹੜੀ ਇੱਥੇ ਜਿਹੜੀ ਮਿਲ ਸਕੇ ਕਿਉਂਕਿ ਜਦੋਂ ਫਿਰ ਪਰਿਵਾਰ ਜਦੋਂ ਕਈ ਵਾਰੀ ਹਫਤਾ-ਹਫਤਾ ਵੀ ਲੱਗ ਜਾਂਦਾ ਬਾਹਰ ਹੁੰਦਿਆਂ ਨੂੰ ਤੇ ਉਹਨਾਂ ਦੇ ਆਏ ਤੇ ਫਿਰ ਜਿਹੜਾ ਸੀ ਸੰਸਕਾਰ ਜਿਹੜਾ ਸੀ ਬਾਅਦ ਵਿੱਚ ਆਸਾਨੀ ਨਾਲ ਕੀਤਾ ਜਾ ਸਕਦਾ ਜਾਨੀ ਕਿ ਜੇਕਰ ਦੂਜੇ ਪਿੰਡੋਂ ਵੀ ਲੋੜ ਹੈਗੀ ਤਾਂ ਉਹਨਾਂ ਨੇ ਵੀ ਤੁਸੀਂ ਪ੍ਰਬੰਧ ਕਰਕੇ ਆ ਹੋਇਆ ਬਿਲਕੁਲ ਜੀ ਬਿਲਕੁਲ ਇਹ ਕੋਈ ਇਦਾਂ ਦਾ ਨਹੀਂ ਹੈ ਕਿ ਵੀ ਅਸੀਂ ਆਪਣੇ ਵਾਸਤੇ ਬਣਾਈ ਜਾ ਕਿਉਂਕਿ ਅਸੀਂ ਜਿਹੜਾ ਜਿਹੜ ਜਿਹੜਾ ਸਰਪੰਚ ਸਾਹਿਬ ਸੀਸੀਟੀਵੀ ਮੈਂ ਦੇਖ ਰਿਹਾ ਸਾਹਮਣੇ ਲੱਗੇ ਹੋਏ ਨੇ ਤਾਂ ਇਹਨਾਂ ਦੀ ਲੋੜ ਕਿਉਂ ਮਹਿਸੂਸ ਹੋਈ ਸੀਸੀਟੀਵੀ ਲਗਾਉਂਦੀ ਇਹਨਾਂ ਦੀ ਲੋੜ ਇਸ ਤਰ੍ਹਾਂ ਹੋਈ ਹੈ ਮਹਿਸੂਸ ਜਿਵੇਂ ਕਿ ਤੁਸੀਂ ਦੇਖ ਰਹੇ ਵੀ ਸਾਰਾ ਜਿੰਨਾ ਵੀ ਸੈਟਅਪ ਹੈਗਾ ਇਹ ਸਾਰਾ ਬਾਹਰ ਪੱਧਰੀ ਮਦਾਨ ਦੇ ਵਿੱਚ ਹੈਗਾ ਕਿਉਂਕਿ ਆਮ ਆਪਣੇ ਆਪਾਂ ਦੇਖਦੇ ਆਂ ਵੀ ਮੰਨ ਲਓ ਕਿਤੇ ਨਾ ਕਿਤੇ ਕੋਈ ਨਾ ਕੋਈ ਚੋਰੀ ਦੇ ਘਟਨਾਵਾਂ ਜਿਹੜੀਆਂ ਵਾਪਰਦੀਆਂ ਰਹਿੰਦੀਆਂ ਹਾਂ ਉਸ ਚੀਜ਼ ਨੂੰ ਅਸੀਂ ਮਤਲਬ ਮੱਦੇਨਜ਼ਰ ਤੇ ਰੱਖਦੇ ਹੋਏ ਹਾਂ ਕਿਉਂਕਿ ਹੁਣ ਇੱਥੇ ਕੱਲ ਮਤਲਬ ਸਾਡੇ ਇੱਥੇ ਡੈੱਡ ਬਾਡੀ ਵੀ ਇੱਥੇ ਅਸੀਂ ਜਮ੍ਹਾਂ ਕਰਨੀਆਂ ਹੈਗੀਆਂ ਠੀਕ ਹੈ ਉਹਦੀ ਪ੍ਰ ਉਹਦੀ ਪ੍ਰੋਟੈਕਸ਼ਨ ਵਾਸਤੇ ਜਿਹੜਾ ਇਹ ਸਾਰਾ ਹੈ ਸੀਸੀਟੀਵੀ ਲਾਇਆ ਇਹਨੂੰ ਸਾਰਾ ਜਿਹੜਾ ਅੰਡਰ ਸੀਸੀਟੀਵੀ ਹੈ ਜਿਹਨਾਂ ਸਾਡਾ ਕੰਪਲੈਕਸ ਹੈਗਾ ਸਭ ਥਾਂ ਘੜ ਲਾਇਆ ਇਹ ਸਾਰੇ ਲਗਾਏ ਹੋਏ ਨੇ ਉਧਰ ਦੂਜੀਆਂ ਬਿਲਡਿੰਗਾਂ ਦੇ ਇਹ ਉਹ ਸ਼ੈੱਡ ਤੇ ਉਧਰ ਵੀ ਲਾਏ ਹੋਏ ਆ ਅੱਛਾ ਸਾਰੇ ਲਾਏ ਹੋਏ ਆ ਤਾਂ ਇੱਥੇ ਫਿਰ ਕੰਟਰੋਲ ਦੇ ਲਈ ਮੁੰਡਾ ਬੈਠਦਾ ਇੱਥੇ ਪੱਕਾ ਨਹੀਂ ਹਜੇ ਨਹੀਂ ਰੱਖ ਰਿਹਾ ਜੀ ਅਸੀਂ ਹੁਣ ਅਸੀਂ ਜਿਹੜਾ ਇਹ ਗਾਰਡ ਜਿਹੜਾ ਅਸੀਂ ਰੱਖ ਰਹੇ ਆ ਤਾਂ ਕਿ ਇੱਥੇ 24 ਘੰਟੇ ਬੰਦਾ ਅਵੇਲੇਬਲ ਰਹੇ ਜਦੋਂ ਵੀ ਕਿਸੇ ਨੂੰ ਇੱਥੇ ਕੋਈ ਜ਼ਰੂਰਤ ਹੋਵੇ ਕੋਈ ਸੰਸਕਾਰ ਕਰਨਾ ਜਾਂ ਕੋਈ ਡੈੱਡ ਬੋਡੀ ਇੱਥ ਕਿ ਪੰਜਾਬੀ ਗਾਇਕ ਦਲਵਿੰਦਰ ਦਿਆਲਪੁਰੀ ਵੀ ਮੌਜੂਦ ਹੈਗੇ ਨੇ ਇਹਨਾਂ ਦਾ ਇਹ ਕਾਰਨ ਵੀ ਨਾਮ ਇੱਕ ਮਸ਼ਹੂਰ ਹੈਗਾ ਸੀਗਾ ਪਿੰਡ ਦਾ ਦਿਆਲਪੁਰੀ ਸਾਹਿਬ ਜਿਵੇਂ ਗੀਤਾਂ ਚ ਨੇਹਰੀਆਂ ਲਿਆਂਦੀਆਂ ਸੀਗੀਆਂ ਤਾਂ ਪਿੰਡ ਦੇ ਵਿੱਚ ਵਿਕਾਸ ਦੀਆਂ ਵੀ ਨੇਹਰੀਆਂ ਹੁਣ ਲਿਆਂਦੀਆਂ ਹੋਈਆਂ ਪਿੰਡ ਦੇ ਲੋਕਾਂ ਨੇ ਤਾਂ ਹੋਰ ਕੀ ਕੀ ਪ੍ਰਬੰਧ ਕੀਤੇ ਹੋਏ ਨੇ ਪਿੰਡ ਚ ਇਹ ਸਭ ਕੁਝ ਵਾਹਿਗੁਰੂ ਦਾ ਆਸਰਾ ਜੀ ਮੇਰੇ ਪਿੰਡ ਦੇ ਜੰਨੇ ਵੀ ਮੋਤਵਾਰ ਸੱਜਣ ਨੇ ਸਤਿਕਾਰਯੋਗ ਖਾਸ ਕਰਕੇ ਸਾਡੇ ਸਰਪੰਚ ਸਾਹਿਬ ਸਰਦਾਰ ਹਰਜਿੰਦਰ ਸਿੰਘ ਰਾਜਾ ਸਾਹਿਬ ਤੇ ਮੇਰੇ ਨਾਲ ਜਿਹੜੇ ਹੋਰ 8 ਮੈਂਬਰ ਪੰਚਾਇਤ ਨੇ ਔਰ ਪਿੰਡ ਦੇ ਨਾਲ ਵੀ ਜਿੰਨੇ ਵੀ ਸਾਰਿਆਂ ਦਾ ਉਹਨਾਂ ਦਾ ਸਹਿਯੋਗ ਹੈ ਉਹਨਾਂ ਸਤ ਕਈ ਇਹ ਪਿੰਡ ਦੇ ਵਿਕਾਸ ਦਾ ਪਿੰਡ ਦੇ ਵਾਸਤੇ ਜੋ ਵੀ ਬਾਕੀ ਪਿੰਡਾਂ ਚ ਨਹੀਂ ਹੋਇਆ ਉਹ ਕੋਸ਼ਿਸ਼ ਕਰਨਗੇ ਕਿ ਸਾਡੇ ਪਿੰਡ ਤੇ ਦਿয়ালਪੁਰ ਦੀ ਕਾਪੀ ਕਰਨਗੇ ਵੀ ਇਦਾਂ ਕੰਮ ਹੋਵੇ ਇਦਾਂ ਹੋਣਾ ਚਾਹੀਦਾ ਇਹ ਸਭ ਕੁਝ ਜਿਹੜਾ ਇਹ ਸਾਰਾ ਸੇਰਾ ਉਸ ਵਾਹਿਗੁਰੂ ਅਕਾਲ ਪੁਰਖ ਨੂੰ ਆਈਂ ਅੱਛਾ ਜਿਵੇਂ ਸਮਸ਼ਾਨ ਘਾਟ ਦਾ ਸਰਪੰਚ ਸਾਹਿਬ ਨੇ ਦਿਖਾਤਾ ਕਿ ਕਿਵੇਂ ਪ੍ਰਬੰਧ ਕੀਤੇ ਹੋਏ ਨੇ ਸਾਰੇ ਪਿੰਡ ਦੇ ਵਿੱਚ ਹੋਰ ਜਿਵੇਂ ਗਲੀਆਂ ਨਾਲੀਆਂ ਦੀ ਸਮੱਸਿਆ ਹੁੰਦੀ ਆ ਉਹਨਾਂ ਚੀਜ਼ਾਂ ਤੋਂ ਮੈਨੂੰ ਲੱਗਦਾ ਕਿ ਪਿੰਡ ਤੁਹਾਡਾ ਉੱਪਰ ਉੱਠਿਆ ਹੋਇਆ ਉਸ ਤੋਂ ਇਲਾਵਾ ਹੋਰ ਕੀ ਸਹੂਲਤਾਂ ਹੈਗੀਆਂ ਨੇ ਬਹੁਤ ਵਧੀਆ ਜੀ ਇੱਥੇ ਪਿੰਡ ਦੇ ਵਿੱਚ ਨਾਲ ਤੁਹਾਨੂੰ ਦਿਖਾਵਾਂਗੇ ਜਿਮ ਬਹੁਤ ਵਧੀਆ ਜਿਹੜਾ ਕਿ ਆਮ ਜਿਹੜਾ ਸ਼ਾਮ ਨੂੰ ਲੋਕਾਂ ਦਾ ਉਹੀ ਟਾਈਮ ਹੁੰਦਾ ਖਾਸ ਕਰਕੇ ਨੌਜਵਾਨਾਂ ਦਾ ਉਹ ਟਾਈਮ ਜਿਹੜਾ ਕਿ ਉਧਰਲੇ ਪਾਸੇ ਵੰਡਿਆ ਗਿਆ ਕੋਈ ਕਬੱਡੀ ਖੇਡਣ ਆਉਂਦਾ ਸ਼ਾਮ ਨੂੰ ਪੂਰਾ ਰੌਣਕ ਮੇਲਾ ਜੁੜਿਆ ਹੁੰਦਾ ਪੂਰੇ ਲੋਕੀ ਐ ਜਿਹੜੇ ਆਲੇਦ ਵਾਲੇ ਦੇ ਪਿੰਡਾਂ ਦੇ ਆ ਵਲੀਵਲ ਖੇਡਣ ਆਉਂਦੇ ਨੇ ਕਬੱਡੀ ਖੇਡਣ ਆਉਂਦੇ ਨੇ ਤੇ ਸਾਡਾ ਤਾਂ ਟੂਰਨਾਮੈਂਟ ਵੀ ਜਿਹੜਾ ਉਹ ਕੱਲ ਤੋਂ 3 4 5 ਮਾਰਚ ਤੋਂ ਸ਼ੁਰੂਆਤ ਹੋਣ ਜਾ ਰਿਹਾ ਹੋਰ ਪਿੰਡ ਦੇ ਵਿੱਚ ਪੂਰਾ ਪਿੰਡ ਜਿਹੜਾ ਕਿ ਇੰਟਰਲੌਕਿਆ ਪੂਰੇ ਪਿੰਡ ਚ ਸੀਵਰੇਜ ਹੈ ਸਾਡੇ ਸਤਿਕਾਰਯੋਗ ਸਰਪੰਚ ਸਾਹਿਬ ਤੇ ਨਾਲ ਜਿੰਨੇ ਵੀ ਮੈਂਬਰ ਪੰਚਾਇਤ ਗ੍ਰਾਮ ਪੰਚਾਇਤ ਤੇ ਨਾਲ ਜਿਹੜਾ ਸਾਡਾ ਸਭ ਤੋਂ ਵੱਡਾ ਸਹਿਯੋਗ ਹੈ ਉਹ ਸ਼ੇਰੇ ਪੰਜਾਬ ਸਪੋਰਟਸ ਕਲੱਬ ਦੇ ਆਲਪੁਰ ਦਾ ਵੀ ਹੈ ਔਰ ਪਿੰਡ ਦੇ ਮੋਤਵਰ ਸੱਜਣਾ ਦਾ ਵੀ ਹੈ ਸਾਰਿਆਂ ਦੇ ਸਹਿਯੋਗ ਸਦਕਾ ਸਾਡੀ ਜਿਹੜੀ ਪੰਚਾਇਤ ਹੈ ਉਹ ਕੰਮ ਕਰ ਰਹੀ ਆ ਹੋਰ بڑے ਪਿੰਡ ਦੇ ਵਿੱਚ ਕੁੜੀਆਂ ਵਾਸਤੇ ਜਿਹੜਾ ਕਾਲਜ ਜਾਂਦੀਆਂ ਨੇ ਸਕੂਲ ਆਉਂਦਾ ਹੈ ਉਹ ਇੱਕ ਬਹੁਤ ਵੱਡਾ ਕੂਲਰ ਠੰਡੇ ਪਾਣੀ ਦਾ ਇੱਕ ਬਹੁਤ ਵੱਡੀ ਮੀਂਹ ਕਣੀ ਵਾਸਤੇ ਜਾਂ ਧੁੱਪ ਛਾਂ ਵਾਸਤੇ ਇੱਕ ਬਹੁਤ ਵੱਡੀ ਇੱਕ ਸ਼ੈੱਡ ਹੈ ਔਰ ਬਹੁਤ ਸਾਰੇ ਹੋਰ ਕੰਮ ਤੁਹਾਨੂੰ ਅਸੀਂ ਦਿਖਾ ਲਾਂਗੇ ਪਿੰਡ ਦੇ ਵਿੱਚ ਅੱਛਾ ਸਰਪੰਚ ਸਾਹਿਬ ਇੱਕ ਹੋਰ ਚੀਜ਼ ਦਾ ਜ਼ਿਕਰ ਰਹਿ ਗਿਆ ਸੀਗਾ ਕਿ ਜਿਵੇਂ ਤੁਸੀਂ ਗੱਲ ਕੀਤੀ ਕਿ ਪਿੰਡ ਦੇ ਵਿੱਚ ਹੀ ਜਿਹੜਾ ਉਹ ਸਾਰੇ ਲੋਕਾਂ ਦੇ ਵੱਲੋਂ ਸਹਿਯੋਗ ਦੇ ਨਾਲ ਇੱਥੇ ਪੈਸਾ ਲਗਾਇਆ ਗਿਆ ਤਾਂ ਆਮ ਤੌਰ ਤੇ ਪਿੰਡਾਂ ਦੇ ਵਿੱਚ ਗਰਾਂਟਾਂ ਗਰਾਂਟਾਂ ਵੀ ਬਹੁਤ ਹੁੰਦੀਆਂ ਨੇ ਤੇ ਇਸ ਸ਼ਮਸ਼ਾਨ ਘਾਟ ਦੇ ਵਿੱਚ ਗ੍ਰਾਂਟ ਨਹੀਂ ਸੀ ਆ ਰਹੀ ਤਾਂ ਕਰਕੇ ਪਿੰਡ ਦੇ ਲੋਕਾਂ ਨੂੰ ਉਪਰਾਲਾ ਕਰਨਾ ਪਿਆ ਆਪ ਹੀ ਇਹ ਨਹੀਂ ਇਸ ਤਰ੍ਹਾਂ ਨਹੀਂ ਸੀਗਾ ਜੀ ਇਸ ਇਸ ਜਿਹੜਾ ਕੋਲ ਪ੍ਰੋਜੈਕਟ ਅਸੀਂ ਤਿਆਰ ਕੀਤਾ ਹੈ ਸ਼ਮਸ਼ਾਨ ਘਾਟ ਦਾ ਇਹਦੇ ਲਈ ਅਸੀਂ ਗ੍ਰਾਂਟ ਮੰਗੀ ਨਹੀਂ ਸੀ ਸਰਕਾਰ ਤੋਂ अच्छा वैसे तो सरकार तो हम असि ग्रांट ਲਈ ਆ ਪਿੰਡ ਦੇ ਵਿੱਚ ਜਿਹੜੇ ਅਸਾਸਾਂ ਕੀਤੇ ਆ ਕੰਮ ਸੀਵਰੇਜ ਦਾ ਇੰਟਰਲੋਕਿੰਗ ਦਾ ਉਹਦੇ ਵਿੱਚ ਸਰਕਾਰ ਤੋਂ ਉਤੋਂ ਅਸੀਂ ਹੈਲਪ ਲਈ ਆ ਠੀਕ ਆ ਪਰ ਉਹਦੇ ਵਿੱਚ ਵੀ ਬਹੁਤਾ ਜਿਆਦਾ ਜਿਹੜਾ ਸਾਡਾ ਯੋਗਦਾਨ ਆ ਉਹ ਸਾਡੇ ਨਗਰ ਨਿਵਾਸੀਆਂ ਦਾ ਸਾਡੇ ਐਨਆਰਆ ਵੀਰਾਂ ਦਾ ਤੇ ਸਾਡਾ ਸ਼ੇਰਪੁਰ ਪੰਜਾਬ ਸੋਰਸ ਕਲੱਬ ਦਾ ਬਹੁਤ ਵੱਡਾ ਯੋਗਦਾਨ ਪਿੰਡ ਦੇ ਡਿਪਾਰਟਮੈਂਟ ਦੇ ਵਿੱਚ ਤੇ ਇਹ ਟੋਟਲੀ ਸਾਰਾ ਜਿੰਨਾ ਵੀ ਸੈਟਅਪ ਹੋਇਆ ਹੈਗਾ ਇਹ ਸਾਰਾ ਸਾਡਾ ਨਗਰ ਦਾ ਤੇ ਐਨਆਰਆ ਵੀਰਾਂ ਦਾ ਸਾਰਾ ਹੈਗਾ اچھا ਇਹ ਇਨੀਸ਼ੀਏਟਿਵ ਫਿਰ ਐਨਆਰਆ ਵੀਰਾਂ ਦੇ ਵੱਲੋਂ ਲਿਆ ਗਿਆ ਸੀਗਾ ਹਾਂ ਬਿਲਕੁਲ ਹੈ ਹਾਂ ਬਿਲਕੁਲ ਕਿਉਂਕਿ ਸਾਡਾ ਨਾ ਦੇਖੋ ਅਸੀਂ ਤੁਹਾਨੂੰ ਹੋਰ ਵੀ ਹੁਣ ਤੁਹਾਡੇ ਅਗਲੇ ਪ੍ਰੋਜੈਕਟ ਵੀ ਤੁਹਾਨੂੰ ਅਸੀਂ ਤੁਖਾ ਲਾਂਗੇ ਜਿਵੇਂ ਕਹਿ ਲਓ ਵੀ ਇਹ ਕੱਲਾ ਇਹ ਨਹੀਂ ਵੀ ਅਸੀਂ ਮੰਨ ਲਓ ਸਾਡੀ ਪੰਚਾਇਤ ਨੇ ਇਥੋਂ ਤੱਕ ਜਿੰਮੇਵਾਰੀ ਸਮਝੀ ਆਵੇ ਕੱਲਾ ਅਸੀਂ ਗਲੀਆਂ ਨਾਲੀਆਂ ਦਾ ਕੰਮ ਕਰਤਾ ਤੇ 5 ਸਾਲ ਪੂਰੇ ਕਰ ਲਏ ਉਦੋਂ ਅਲਾਵਾ ਵੀ ਅਸੀਂ ਦੇਖੋ ਤੁਹਾਨੂੰ ਦਾ ਸਹਿਬ ਵੀ ਸਾਡੇ ਇਧਰ ਏਰੀਆ ਦੇ ਵਿੱਚ ਰਸਿਆਂ ਦਾ ਬਹੁਤ ਵੱਡਾ ਹੜੀਆ ਚੱਲਦਾ ਆ ਸਾਡੇ ਨਾਲ ਦੇ ਕਿਲੇ ਜਿੰਨੇ ਵੀ ਪਿੰਡ ਹੈਗੇ ਆ ਉਹਨੂੰ ਅਸੀਂ ਉਸ ਚੀਜ਼ ਨੂੰ ਮੱਦੇ ਨਜ਼ਰ ਰੱਖਦੇ ਆ ਆਪਣੀ ਜਿਹੜੀ ਆ ਆਉਣ ਵਾਲੀ ਪੀੜ੍ਹੀ ਨੌਜਵਾਨੀ ਨੂੰ ਬਚਾਉਣ ਲਈ ਸਾਡੇ ਨਗਰ ਦੇ ਇਹਨਾਂ ਦੇ ਵੀਰਾਂ ਦੇ ਲੜਕੇ ਅਸੀਂ ਬਹੁਤ ਵੱਡਾ ਉਪਰਾ ਲੈ ਕੀਤਾ ਪਹਿਲਾਂ ਤਾਂ ਅਸੀਂ ਬੱਚਿਆਂ ਨੂੰ ਲੈ ਕੇ ਜਾਂਦੇ ਰਹੇ ਨਸ਼ਾ ਛੜਾਉਣ ਵਾਸਤੇ ਉਹਦੇ ਵਿੱਚ ਵੀ ਚਲੋ ਮਹਾਰਾਜ ਦੀ ਬੜੀ ਕਿਰਪਾ ਰਹੀ ਆ ਤੇ ਫਿਰ ਸੈਕੰਡਲੀ ਜਿਹੜਾ ਸੀ ਜਿਹੜੇ ਨਮੀ ਜਿਹੜੀ ਪੀੜ੍ਹੀ ਸੀ ਜਿਹੜੇ ਨਹੀਂ ਸੀ ਲੱਗੇ ਬੱਚੇ ਉਹਨਾਂ ਨੂੰ ਵੀ ਸਾਡਾ ਬਚਾਉਣ ਦਾ ਫਰਜ਼ ਹੈਗਾ ਉਹਦੇ ਵਾਸਤੇ ਅਸੀਂ ਸਾਡੇ ਮੁੰਡਾ ਇੱਥੇ ਨੌਜਵਾਨ ਸਾਡਾ ਸ਼ੇਰ ਪੰਜਾਬ ਸਪੋਰਟਸ ਕਲੱਬ ਦਾ ਪ੍ਰਧਾਨ ਅਵਤਾਰ ਸਿੰਘ ਇਹਦੀ ਰਹਿਮਾ ਇਥੇ ਦੇ ਸਾਡਾ ਜਿੰਨਾ ਵੀ ਸਪੋਰਟਸ ਵਿੰਗ ਹੈ ਸਾਰਾ ਉਹ ਕੰਮ ਕਰ ਰਿਹਾ ਔਰ ਉਥੇ ਅਸੀਂ ਇਹਨਾਂ ਬੱਚਿਆਂ ਨੂੰ ਇੱਕ 30 22 50 ਦਾ ਹਾਲ ਵੱਡਾ ਅਸੀਂ ਜਿੰਬਣ ਬਣਾ ਕੇ ਦਿੱਤਾ ਹੋਇਆ ਮਾਡਰਨ ਜਿਮ ਆ ਪ੍ਰੋਪਰ ਹਰ ਮਸ਼ੀਨ ਉਥੇ ਹੈਗੀ ਆ ਉਦੋਂ ਬਾਅਦ ਅਸੀਂ ਮੰਨ ਲਓ ਸਾਡੀ ਬਾਲੀਬਾਲ ਦੀ ਗਰਾਊਂਡ ਬਣਾ ਕੇ ਦਿੱਤੀ ਵਧੀਆ ਫਾਈਟਕ ਗਰਾਊਂਡ ਬਣਾ ਕੇ ਦਿੱਤੀ ਆ ਕ੍ਰਿਕਟ ਦੀ ਗਰਾਊਂਡ ਬਣਾ ਕੇ ਦਿੱਤੀ ਆ ਕਬੱਡੀ ਦੀ ਸਾਡੀ ਮਤਲਬ ਸਾਰੀਆਂ ਟੀਮਾਂ ਸਾਡੀਆਂ ਆਪਣੀਆਂ ਜੀ ਮਹਾਰਾਜ ਦੀ ਕਿਰਪਾ ਆ ਔਰ ਇਸੇ ਨੌਜਵਾਨੀ ਰਹਿਨਮਾਈ ਥੱਲੇ ਸਾਰਾ ਜਿੰਨਾ ਵੀ ਸਾਡਾ ਸਪੋਰਟ ਦਾ ਜਿੰਨਾ ਉਹ ਸਾਰਾ ਕਰਮਦਾਰ ਜਿੰਨਾ ਸਾਰਾ ਘਰ ਵੀ ਚੱਲਦੀ ਆ ਮਤਲਬ ਉਸ ਅਸੀਂ ਇਹ ਕੋਸ਼ਿਸ਼ ਕੀਤੀ ਹੈ ਵੀ ਸਾਡੇ ਜਿਹੜੀ ਨੌਜਵਾਨੀ ਨਵੀਂ ਪੀੜ੍ਹੀ ਆ ਉਹਨੂੰ ਸੰਭਾਲਣ ਲਈ ਵੀ ਅਸੀਂ ਅਪਰਾਲਾ ਨਾਲ ਦੀ ਨਾਲ ਕੀਤਾ ਸਾਡੀ ਪੰਚਾਇਤ ਨੇ ਐਨਆਰਏ ਵੀ ਇਹਨਾਂ ਨੇ ਸ਼ੇਰ ਪੰਜਾਬ ਸਪੋਰਟਸ ਗਰਾਊਂਡ ਦੇ ਨਾਲ ਰਲ ਕੇ ਸਾਡੇ ਨਗਰ ਨਿਵਾਸੀਆਂ ਨੇ ਉਸ ਤੋਂ ਅੱਗੇ ਜਾ ਕੇ ਵੀ ਜਿਹੜੇ ਬੱਚੇ ਸਪੋਰਟਸ ਵਾਲੇ ਪਾਸ ਛੋਟੇ ਬੱਚੇ ਹੈਗੇ ਆ ਉਹਨਾਂ ਨੂੰ ਜਿਵੇਂ ਉਹਨਾਂ ਦੀ ਕਿਸੇ ਦੀ ਧਾਰਮਿਕ ਪਾਸੇ ਰੁਚੀ ਹੈਗੀ ਉਹਨਾਂ ਵਾਸਤੇ ਵੀ ਸਾਡੇ ਅਸੀਂ 5 ਸਾਲ ਹੋ ਗਏ ਆ ਸਾਡੇ ਸਰਦਾਰ ਕੇਵਨ ਸਿੰਘ ਜੀ ਸ਼ੀਨਾ ਕੈਨੇਡਾ ਦੇ ਵਾਸੀ ਆ ਉਹਨਾਂ ਦੇ ਸੇਵਾ ਦੇ ਤਹਿਤ ਅਸੀਂ ਜਿਹੜੀ ਕੀਰਤਨ ਦੀ ਕਲਾਸ ਸ਼ੁਰੂ ਕੀਤੀ ਹੈ ਗੁਰਦੁਆਰਾ ਸਾਹਿਬ ਉੱਥੇ ਵੀ ਸਾਡੇ ਕੋਲ 25-30 ਬੱਚੇ ਜਿਹੜੇ ਉਹ 5 ਸਾਲ ਹੋ ਗਿਆ ਕਿ ਕੀਰਤਨ ਦੀ ਕਲਾਸ ਸ਼ੁਰੂ ਕੀਤੀ ਨੂੰ ਔਰ ਬੱਚੇ ਜਿਹੜੇ ਨਿਰੰਤਰ ਕੀਰਤਨ ਸਿੱਖ ਰਹੇ ਆ ਉੱਥੇ ਸਾਥੀਆਂ ਦਿੱਤੀ ਜਾਂਦੀ ਸਾਡੇ ਬਾਬਾ ਜੀ ਸੁਖਦੇਵਾਲ ਸਿੰਘ ਜੀ ਬਾਬਾ ਵਿਕਰਮਜੀਤ ਸਿੰਘ ਜੀ ਟਕਸਾਲ ਦੇ ਵਰਧਿਆਥੀ ਆ ਇਹ ਨਾਲ ਦੇ ਸਹਿਯੋਗ ਨਾਲ ਅਸੀਂ ਜਿਹੜਾ ਉਹ ਪੱਖ ਵੀ ਅਸੀਂ ਧਾਰਮਿਕ ਪੱਖ ਵੀ ਅਸੀਂ ਆਪਣੇ ਨਾਲ ਅਸੀਂ ਨਾਲ ਰੱਖਿਆ ਹੋਇਆ ਹੈ ਮਤਲਬ ਫਿਰ ਅਸੀਂ ਪਿੰਡ ਦੇ ਵਿੱਚ ਸਮੇਂ-ਸਮੇਂ ਤੇ ਮੈਡੀਕਲ ਕੈਂਪ ਲਵਾਉਂਦੇ ਰਹਿੰਦੇ ਆ ਜਿਵੇਂ ਜਿਵੇਂ ਸਾਡੇ ਪਿੰਡ ਦੇ ਵਿੱਚ ਜਿਸ ਚੀਜ਼ ਦੀ ਜ਼ਰੂਰਤ ਹੁੰਦੀ ਆ ਚਾਹੇ ਮਲਾ ਲੋ ਕੋ ਹੱਡੀਆਂ ਦਾ ਕੈਂਪ ਲਾ ਲਓ ਬਲੱਡ ਡੋਨੇਸ਼ਨ ਕੈਂਪ ਲਾ ਲਓ ਫਿਰ ਹਾਰਟ ਹਾਰਟ ਦੀਆਂ ਬਿਮਾਰੀਆਂ ਦਾ ਅੱਖਾਂ ਦੇ ਅੱਖਾਂ ਦੇ ਕੈਂਪ ਇਹ ਮਤਲਬ ਅਸੀਂ ਮੇਰਾ ਖਿਆਲ ਸਾਲ ਦੇ 5-6 ਕੈਂਪ ਕੈਂਪ ਨੇ ਹੀ ਲਵਾਏ ਲਏ ਨੇ ਅਸੀਂ अच्छा सरपंच साहिब एक आखरी सवाल मैं ਤੁਹਾਡੇ ਤੋਂ ਲੈਣਾ ਚਾਹੁੰਦਾ ਤੁਸੀਂ ਤਾਂ ਅਪਰਾਲਾ ਕੀਤਾ ਹੈ ਪੰਜਾਬ ਦੇ ਬਹੁਤੇ ਪਿੰਡ ਹੈਗੇ ਨੇ ਜਿਹੜੇ ਗਲੀਆਂ ਨਾਲੀਆਂ ਦੀਆਂ ਸਮੱਸਿਆਾਂ ਤਾਂ ਉਹ ਅਜੇ ਤੱਕ ਉੱਠ ਨਹੀਂ پا ਰਹੇ ਤੁਸੀਂ ਇਹਦਾ ਕਾਰਨ ਕੀ ਮੰਨਦੇ ਹੋ ਕਿਉਂਕਿ ਤੁਸੀਂ ਵੀ ਦੂਜੀ ਵਾਰ ਸਰਪੰਚ ਬਣੇ ਹੋਏ ਹੋ ਇਹ ਕਾਰਨ ਇਹ ਤੇ ਮੇਰੇ ਹਿਸਾਬ ਨਾਲ ਤੇ ਇਹ ਇੱਕ ਗੱਲ ਹੈ ਵੀ ਸਭ ਤੋਂ ਵੱਡਾ ਤੇ ਜਿਹੜਾ ਦੇਖੋ ਜੀ ਜੇ ਤੁਸੀਂ ਇਮਾਨਦਾਰੀ ਨਾਲ ਕੰਮ ਕਰੋ ਤੇ ਮੇਰਾ ਖਿਆਲ ਹੈ ਵੀ ਇਹ ਗੱਲ ਹੋ ਹੀ ਨਹੀਂ ਸਕਦੀ ਵੀ ਆਪਾਂ ਪਿੰਡ ਦੇ ਵਿੱਚ ਡਵੈਲਪਮੈਂਟ ਨਹੀਂ ਕਰ ਸਕਦੇ ਕਿਉਂਕਿ ਮੈਨੂੰ ਮੇਰੇ ਮੇਰੇ ਪਿੰਡ ਦੀ ਸੰਗਤ ਨੇ ਦੂਸਰੀ ਵਾਰ ਮੌਕਾ ਦਿੱਤਾ ਪਹਿਲੋ 98 ਜੇ ਸਰਪੰਚ ਬਣਾਇਆ ਸੀਗਾ ਆ ਤੁਸੀਂ ਦੇਖ ਰਹੇ ਆ ਜਿਹੜਾ ਰਸਤਾ ਜਾ ਰਿਹਾ ਇੱਥੇ ਸੀਵਰੇਜ ਜਿਹੜਾ ਪਾਇਆ ਸੀ ਇਹ 2 ਕਿਲੋਮੀਟਰ ਹੈ ਜੀ ਅਸੀਂ ਜਿੱਥੋਂ ਪਿੰਡ ਦੇ ਵਿੱਚੋਂ ਪਾਇਆ ਇਹ 2001 ਦਾ ਪਿਛਲੇ ਸਰਪੰਚੀ ਦੇ ਟਾਈਮ ਦਾ ਮੇਰਾ ਪਾਇਆ ਹੋਇਆ ਤੇ ਐਤ ਕੀ ਤੁਹਾਹਰ ਦੀ ਇਨੀ ਕਿਰਪਾ ਰਹੀ ਵੀ ਐਤ ਕੀ ਅਸੀਂ ਸਾਰਾ ਗੰਦ ਕੱਢ ਦਿੱਤਾ ਪਿੰਡ ਦੇ ਵਿੱਚੋਂ ਪਿੰਡ ਦੇ ਵਿੱਚੋਂ ਕੂੜਾ ਵੀ ਅਸੀਂ ਆ ਇੱਥੇ ਸਾਹਮਣੇ ਤੁਸੀਂ ਦੇਖ ਰਹੇ ਇੱਥੇ ਹੈਗਾ ਸਾਡੇ ਛੱਪੜਿਆ ਇਹਦੇ ਵਿੱਚ ਸਾਰਾ ਡੰਪ ਕਰਦੇ ਅਸੀਂ ਪਿੰਡ ਇਕੱਠਾ ਕਰਕੇ ਉਹ ਨਾਂ ਜਿਹੜੀ ਹੁਣ ਦਾ ਕਾਰਨ ਹੈਗਾ ਵੀ ਇੱਕ ਤਾਂ ਦੇਖੋ ਸਾਡੀ ਆਪਣੀ ਮਨ ਸਾਫ ਨਹੀਂ ਹੈਗਾ ਅਸੀਂ ਜਿਹੜਾ ਇਹ ਗ੍ਰਾਂਟ ਸਾਡੇ ਕੋਲ ਟੈਕਸ ਲੈਂਦੀ ਹੈ ਸਰਕਾਰ ਉਹ ਟੈਕਸ ਦਾ ਟੈਕਸ ਦੇ ਜਿਹੜਾ ਰੂਪ ਹੈ ਬਦਲ ਕੇ ਸਾਨੂੰ ਜਿਹੜੀ ਇਹ ਗ੍ਰਾਂਟ ਜਿਹੜੀ ਦਿੱਤੀ ਜਾਂਦੀ ਆ ਪਿੰਡਾਂ ਦੀ ਡਿਵੈਲਪਮੈਂਟ ਵਾਸਤੇ ਅਸੀਂ ਇਹ ਸ਼ਾਮ ਦੀ ਹਰਾਮ ਦਾ ਪੈਸਾ ਕੋਈ ਨਹੀਂ ਕਾਗਜ਼ਾਂ ਕਾਗਜ਼ਾਂ ਦੀ ਫਾਰਮੈਟੀ ਕਾਗਜ਼ਾਂ ਦਾ ਢਿੱਡ ਭਰਦੇ ਹੋ ਤੇ ਕੋਈ ਕਹਿੰਦੀ ਕਿਹੜਾ ਕਿਸ ਨੇ ਪੁੱਛਣਾ ਪਰ ਇਹ ਬੜੀ ਮਾੜੀ ਗੱਲ ਹੈ ਬੜਾ ਤੁਸੀਂ ਆਪਣੇ ਕਾ ਲੋ ਵੀ ਸਮੁੱਚੇ ਪਿੰਡ ਨਾਲ ਤੁਸੀਂ ਬੜਾ ਵੱਡਾ ਧੋਖਾ ਕਰਦੇ ਆ ਇਹ ਠੀਕ ਹੈ ਜੀ ਸੈਕੰਡਰੀ ਹੋ ਜਾਂਦਾ ਵੀ ਪਿੰਡਾਂ ਦੇ ਵਿੱਚ ਜਿਹੜੀ ਟੜੇ ਬੰਦੀ ਹੈ ਹੁਣ ਅਸੀਂ ਤੁਸੀਂ ਪਿੰਡ ਦੇ ਵਿੱਚ ਤੁਸੀਂ ਕਿਸੇ ਮੈਂ ਮੇਰੇ ਮਤਲਬ ਪਿੰਡ ਦੇ ਕਿਸੇ ਨਾਗਰਿਕ ਤੋਂ ਤੁਸੀਂ ਪੁੱਛ ਸਕਦੇ ਆ ਵੀ ਪਿੰਡ ਦੀ ਜਿਹੜੀ ਡਿਵੈਲਪਮੈਂਟ ਅਸੀਂ ਕੀਤੀ ਆ ਕਿ ਉਹਦੇ ਵਿੱਚ ਕੋਈ ਕਿਸੇ ਨਾ ਕਿਸੇ ਤਰ੍ਹਾਂ ਦਾ ਕੋਈ ਭੇਦਭਾਵ ਕੋਈ ਵਿਤਕਰਾ ਕੀਤਾ ਗਿਆ ਬਿਲਕੁਲ ਨਹੀਂ ਕੀਤਾ ਅਸੀਂ ਸਾਡੀ ਪੰਚਾਇਤ ਨੇ ਸਾਰੇ ਨਗਰ ਦੇ ਸਹਿਯੋਗ ਦੇ ਨਾਲ ਇੱਕ ਸਾਡ ਡਿਵੈਲਪਮੈਂਟ ਕੀਤੀ ਆ ਚਾਹੇ ਉਹ ਐਂਟਰਲੋਕਿੰਗ ਆ ਚਾਹੇ ਉਹ ਸੀਵਰੇਜ ਆ ਅਸੀਂ ਇਹ ਨਹੀਂ ਦੇਖਿਆ ਕਿ ਬੰਦਾ ਗਰੀਬ ਆ ਇਹ ਨਹੀਂ ਦੇਖਿਆ ਬੰਦਾ ਅਮੀਰ ਆ ਇਹ ਬੰਦਾ ਤਖੜਾ ਆ ਮਾੜਾ ਆ ਇੱਕ ਸਾਰੀ ਅਸੀਂ ਡਿਵੈਲਪਮੈਂਟ ਕੀਤੀ ਆ ਜਿਹੜਾ ਜਨਰਲ ਜਿਹੜਾ ਏਰੀਆ ਸੀਗਾ ਉਹਦੇ ਵਿੱਚ ਬਹੁਤਾ ਜ਼ਿਆਦਾ ਅਸੀਂ ਮੰਨ ਲਓ ਜਨਰਲ ਪਰਿਵਾਰਾਂ ਵੱਲੋਂ ਅਸੀਂ ਇਹ ਡਿਵੈਲਪਮੈਂਟ ਦੇ ਵਿੱਚ ਯੋਗਦਾਨ ਪਾਇਆ ਚਾਹੇ ਉਹ ਇੰਟਰਲੋਕਿੰਗ ਆ ਚਾਹੇ ਉਹ ਸੀਵਰੇਜ ਆ ਜਿਹੜਾ ਐਸੇ ਪਾਸਾ ਹੈਗਾ ਉਹਦੇ तकरीबन ਟੋਟਲ ਹੀ ਅਸੀਂ ਜਿਹੜਾ ਉਹ ਗ੍ਰਾਂਟ ਦੇ ਨਾਲ ਅਸੀਂ ਉਹ ਜਿਹੜੀ ਡਿਵੈਲਪਮੈਂਟ ਉੱਧਰ ਕੀਤੀ ਇਹ ਤਾਂ ਕਰ ਰਹੇ ਅਸੀਂ ਠੀਕ ਹੈ ਧੰਨਵਾਦ ਸਰਪੰਚ ਸਾਹਿਬ ਬੜਾ ਚੰਗਾ ਉਪਰਾਲਾ ਇਸ ਪਿੰਡ ਦੇ ਵੱਲੋਂ ਜਿਹੜਾ ਉਹ ਕੀਤਾ ਹੋਇਆ ਕਿਉਂਕਿ ਗਲੀਆਂ ਨਾਲੀਆਂ ਤੋਂ ਉੱਪਰ ਉਠੇ ਹੋਏ ਨੇ ਇਹ ਕਿਉਂਕਿ ਬਹੁਤੇ ਪਿੰਡ ਜਿਹੜੇ ਪੰਜਾਬ ਦੇ ਹੈਗੇ ਨੇ ਅਜੇ ਤੱਕ ਗਲੀਆਂ ਨਾਲੀਆਂ ਦੀਆਂ ਸਮੱਸਿਆ ਗਲੀਆਂ ਨਾਲੀਆਂ ਤੇ ਉੱਪਰ ਉੱਠ ਕੇ ਜਿਹੜਾ ਉਹ ਸਮਸ਼ਾਨ ਘਾਟ ਇਹਨਾਂ ਨੇ ਇੱਕ ਵਧੀਆ ਤਰੀਕੇ ਦੇ ਨਾਲ ਬਣਾਇਆ ਹੋਇਆ ਇੱਥੇ ਸਾਰੇ ਪ੍ਰਬੰਧ ਇਹਨਾਂ ਨੇ ਕੀਤੇ ਹੋਏ ਨੇ ਤਾਂ ਬਿਨਾਂ ਲੱਕੜਾਂ ਤੋਂ ਇੱਥੇ ਸੰਸਕਾਰ ਕਰਨ ਦਾ ਵੀ ਜਿਹੜਾ ਉਹ ਪ੍ਰਬੰਧ ਕੀਤਾ ਹੋਇਆ ਤਾਂ ਦੂਜੀ ਵਾਰ ਇਹਨਾਂ ਨੂੰ ਇਸੇ ਕਰਕੇ ਪਿੰਡ ਦੇ ਲੋਕਾਂ ਨੇ ਸਰਪੰਚ ਬਣਾਇਆ ਹੋਇਆ ਚੰਗੀ ਗੱਲ ਆ ਅਜਈਆਂ ਕਹਾਣੀਆਂ ਤੋਂ ਸੇਧ ਲੈਣੀ ਚਾਹੀਦੀ ਹੈ ਪੰਜਾਬ ਦੇ ਪਿੰਡਾਂ ਨੂੰ ਵੀ ਅੱਗੇ ਆ ਕੇ ਅਜਿਹੇ ਉਪਰਾਲੇ ਕਰਨੇ ਚਾਹੀਦੇ ਨੇ ਕੈਮਰਾਮੈਨ ਵਿਰਿੰਦਰ ਮਹਿਰਾ ਦੇ ਨਾਲ ਮਨਪ੍ਰੀਤ ਸਿੰਘ ਕਾਲੋਂ ਜਗਬਾਣੀ ਟੀਵੀ ਕਰਤਾਰਪੁਰ